ਪੰਜਾਬ ਵਿੱਚ ਪੈਟਰੋਲ 6 ਰੁਪਏ ਫੀਸਦੀ ਲੀਟਰ ਸਸਤਾ ਹੋ ਸਕਦਾ ਹੈ। ਕੈਪਟਨ ਅਮਰਿੰਦਰ ਪੈਟਰੋਲ ਉਤੇ ਹਰਿਆਣਾ ਅਤੇ ਚੰਡੀਗੜ੍ਹ ਦੇ ਬਰਾਬਰ ਵੈਟ ਕਰਨ ਦੀ ਤਿਆਰੀ ਕਰ ਰਹੀ ਹੈ। 37.5 ਫੀਸਦੀ ਵੈਟ ਹੋਣ ਨਾਲ ਪੰਜਾਬ ਵਿੱਚ ਪੈਟਰੋਲੀਅਮ ਹਰਿਆਣਾ ਚੰਡੀਗੜ੍ਹ ਮੁਕਾਬਲੇ 6 ਰੁਪਏ ਲੀਟਰ ਇਸ ਸਮੇਂ ਮਹਿੰਗਾ ਹੈ। ਹਰਿਆਣਾ ਚੰਡੀਗੜ੍ਹ ਵਿੱਚ ਪੈਟਰੋਲ ਉਤੇ ਵੈਟ 26.25 ਫੀਸਦੀ ਹੈ। ਪੰਜਾਬ ਸਰਕਾਰ ਦੇ ਸੂਤਰਾਂ ਅਨੁਸਾਰ ਦੂਜੇ ਰਾਜਾਂ ਦੇ ਨਾਲ ਲਗਦੇ ਜ਼ਿਲ੍ਹਿਆਂ ਦੇ ਵੈਟ ਵਿੱਚ ਫਰਕ ਹੋਣ ਨਾਲ ਭਾਰੀ ਘਾਟਾ ਪੈ ਰਿਹਾ ਹੈ। ਪੈਟਰੋਲ ਦੀ ਹੋਣ ਵਾਲੀ ਸਮਗਲਿੰਗ ਕਾਰਨ ਮਾਲਵਾ ਦੇ 500 ਤੋਂ ਜ਼ਿਆਦਾ ਪੰਪ ਜੋ ਹਰਿਆਣਾ ਨਾਲ ਲੱਗਦੇ ਨੇ ਤੋਂ ਸਰਕਾਰ ਨੂੰ ਸਾਲਾਨਾ 250 ਕਰੋੜ ਦਾ ਨੁਕਸਾਨ ਹੋ ਰਿਹਾ ਹੈ। ਇਹ ਨੁਕਸਾਨ ਨੂੰ ਰੋਕਣ ਲਈ ਸਰਕਾਰ ਬਾਕੀ ਸੂਬਿਆਂ ਦੇ ਬਰਾਬਰ ਵੈਟ ਕਰਨ ਦੀ ਤਿਆਰੀ ਵਿੱਚ ਹੈ।